बहुत फेवरेट प्लेयरां नूं सपोर्ट करदे हो। लो जी साडे दरम्यान डीजे चंडीगढ़। डीजे भाई की हाल चाल ने? किवें दा अज दा टूर्नामेंट? रेगुलर क्रिकेट खेड के बोर नहीं हुंदे? रेगुलर क्रिकेट खेडी जांदे हो फिर बोर नहीं हुंदे? नहीं, पूरा नज़ारा। अज दे कप दा की माहौल आ? की सोचा होया वी की जितना अज? बिजली बठिंडा सो चलते टाइम का पूरा पीक ते खिलाड़ी चल रहा समय बिजली भी बिजली काफी काफी टूरनामेंटा दे मैं देखा भी तुसी लगातार वधिया खेड रहे हो सो की कारण है मेहनत ला रहे हो जां किदां रेगुलर हो? बहुत तगड़े तगड़े प्लेयर खेड रहे सो हुण तुहाडा मैच किहड़ी टीम नाल खेडिया जाणा? तुहाडा बहुत तगड़ा मैच आ बई जो भी खेड परफॉर्मेंस हमेशा ही वधिया आउंदी आ। कलकत्ते भी लाया दो तीन महीने है ना, कलकत्ते खेले से पिछले साल उत्थे भी आल ओपन ही होंगे टूरनामेंट उत्थे वधिया खेडे सी तां करके आल ओपन च मौका घट मिलदा थोड़ा क्लब वधिया हुंदे ना तां करके। हां नहीं हुण मैं काफी वारी देखिया बिजली ओपनिंग करदा आल ओपन कप्पां दे। हां जी वीरे बस टीमां च ओजे खेली जांदे भी प्रैक्टिस हो जांदी है वधिया खेड जिद्दे ते जांदे आ। सो अज दे लई आल दा बेस्ट आ ਇਹ ਆ ਜੀ ਬਿਜਲੀ ਬਠਿੰਡਾ ਸਾਡਾ ਵੀਰ ਭਰਾ ਸਾਡਾ ਪਹੁੰਚਿਆ। ਸੋ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਮਨੀਸ਼ ਗੁੱਜਰ। ਮਨੀਸ਼ ਭਾਜੀ ਕਿੱਦਾਂ ਜੀ? ਪਹਿਲਾ ਮੈਚ ਜਿੱਤ ਗਿਆ, ਦੂਜਾ ਮੈਚ ਕਿਹਦੇ ਨਾਲ? ਵੀਰੋਗੇ ਨਾਲ। ਕਾਫੀ ਤਕੜਾ ਮੈਚ ਆ ਜੀ, ਵਧੀਆ ਟੀਮ ਹੋ ਗਈ ਬਾਈ। ਕੀ ਰਣਨੀਤੀ ਬਣਾਓਗੇ? ਰਣਨੀਤੀ ਦਾ ਕੋਈ ਨਹੀਂ ਬਾਈ, ਖੇਡਾਂਗੇ ਤਕੜੇ ਹੋ ਕੇ। ਤਕੜੇ ਹੋ ਕੇ ਤਾਂ ਬਣੀ ਹੋਈ ਆ। कैप्टन कूल आ जी मनीष गुजर साडा भरा आ। सो इधरले पासे तुसीं देख सकदे हो नूरपुर चिट्ठे दे खेड मेले दा सोने दी मुंदी दा जेतू। लै वी रोहित मुबारकां, कल तुसीं सोने दी मुंदी जित्ती आ। टिकटा बेच रहे आईपीएल दी? अच्छा अच्छा, हो ठीक ठाक कि मेरे हाथ जिधे मैच मैच बड़ा बढ़िया भी रोकी टीम ना रोक के खेडोगे के चल के चला के चला के रोकने वाले कोई हिसाब नहीं। हुण पंजाब दे विच बहुत तगड़े तगड़े मैच होणगे, रेगुलर खेडोगे है फिर दिसंबर जो उधर कलकत्ता है ना। सो टूर्नामेंट कितना आज दा? ठीक है ठीक है। सो रोहित घर पै गया? सब ओके सब अच्छा। लास्ट बॉल ते कन्नू वांग सिंगल ले रहे हो? कन्नू धर्मकोट बड़ा मशहूर सीगा भी लास्ट बॉल ते सिंगल ले लैंदा सीगा। चंडीगढ़ का रोहित काफी टूर्नामेंट दे देखा मैं, हूँ लास्ट से सिंगल कर लेता दिमाग लाने लग गया है रोहित। फेवरेट शॉट सिंगल है यार रोहित चंडीगढ़। सो अगले मैच देखते की बनता। सो इधरले पासे देख सकते हो एचडी दे बैट। ਹੋਰ ਹਰਮਨ ਧੂਰੀ ਸਾਡਾ ਭਰਾ ਪਹੁੰਚਿਆ ਆ। ਹੋਰ ਹਰਮਨ ਵੀਰੇ ਵਧੀਆ ਵਿਕੀ ਜਾਂਦੇ ਬੈਟ? ਚੱਲੀ ਜਾਂਦਾ ਬਸ। ਚਲੋ ਵਧੀਆ, ਅਗਲਾ ਮੈਚ ਕਾਫੀ ਵਧੀਆ ਹੈ।
ਚਲੋ ਮੈਂ ਹਾਂ ਮਲੋ ਵਾਰਡ ਨਾਲ ਵਧੀਆ ਮੈਚ ਵਧੀਆ ਓਕੇ ਬਾਕੀ ਅਜਨੇਰ ਦੀ ਟੀਮ ਚ ਪਹਿਲੀ ਵਾਰ ਖੇਡਣਾ ਮੈਂ ਤਾਂ ਪਹਿਲਾਂ ਵੀ ਨਹੀਂ ਕਦੇ ਖੇਡਿਆ ਐਤਕੀ ਪਹਿਲੀ ਵਾਰ ਖੇਡਣਾ ਦੇਖਦੇ ਆ ਪਹਿਲੀ ਵਾਰ ਖੇਡਣਾ ਹਾਂ ਅਜਨੇਰ ਦੀ ਟੀਮ ਚ ਪਹਿਲੀ ਵਾਰ ਖੇਡਣਾ ਪਹਿਲੀ ਵਾਰ ਖੇਡੀ ਪਹਿਲੇ ਓਵਰ ਪਾਊਗਾ ਪਹਿਲੇ ਓਵਰ ਪਾਉਣਾ ਦੋਨੇ ਦੂਜਾ ਓਵਰ ਬਾਹਰ ਨੂੰ ਦੋਨੇ ਓਵਰ ਪਾਉਣੇ ਆ ਲਵਾਇਆ ਸੋ ਰਵੀ ਨੂਰ ਪਰਵੇਟ ਇੱਧਰ ਸਾਡੇ ਦਰਮਿਆਨ ਰੋਹਨ ਸਤਿਆਣਾ ਵੀ ਭਰਾ ਸਾਡਾ ਪਹੁੰਚਿਆ ਮੈਨੂੰ ਕਹਿੰਦਾ ਬੈਟਿੰਗ ਤੇ ਨਾ ਆਈ ਮੈਂ ਕਿਹਾ ਦੇਖ ਬਾਈ ਬੈਟਿੰਗ ਤੇ ਤਾਂ ਆਉਣਾ ਚਾਹੇ ਆਊਟ ਕਰਦੀ ਕੰਮ ਤਾਂ ਅਸੀਂ ਕਰਾਂਗੇ ਠਾਠਾਈ ਖੰਨੇ ਪੀਟੀ ਨੇ ਬੰਦ ਕੀਤਾ ਸੀ ਨਾ ਬੋਕੀ ਫਿਰ ਲੜਨਾ ਫਿਰ ਕੀ ਆ ਉਹਨੇ ਆਊਟ ਕਰਤਾ ਤੂੰ ਵੀ ਕਰਦੀ ਨਹੀਂ ਭੈਣ ਜੋ ਉੱਥੇ ਸਨੀ ਨੇ ਬਦਲ ਲੈਣਾ ਸੀ ਮਗਰ ਸਾਲਾ ਬੋਂਗੋ ਬੋਂਗੋ ਪੈਂਦਾ ਕਾਫੀ ਗੱਡੀਆਂ ਆ ਚੁੱਕੀਆਂ ਪਲੇਅਰਾਂ ਦੀਆਂ ਕਈ ਘਰਾਂ ਨੂੰ ਮੁੜਨਗੀਆਂ ਤੇ ਕਈ ਇੱਥੇ ਹੀ ਰਹਿਣਗੀਆਂ ਹਾਂ ਪੂਰਾ ਪੂਰਾ ਮੌਸਮ ਵਧੀਆ ਇੱਕ ਨੰਬਰ ਮਾਹੌਲ ਆ ਰੋਹਨ ਸਤਿਆਣਾ ਜੀ ਪਹੁੰਚੇ ਹੋਏ ਨੇ ਰੋਹਨ ਵੀਰੇ ਕਿਵੇਂ ਹੋ ਜੀ ਹੋਰ ਕਹਿਮ ਹੋ ਕੀ ਬਣਦਾ ਅੱਜ ਕੱਲ੍ਹ ਪੂਰਾ ਫਿੱਟ ਫਿੱਟ ਹੋ ਰਿਹਾ ਭਰਾ ਸਾਡਾ ਹੁਣ ਗਰਮੀ ਦਾ ਸੀਜ਼ਨ ਆ ਰੋਹਨ ਰੈਗੂਲਰ ਖੇਡੋਗੇ ਜੀ ਮੈਂ ਯਾਰ ਤੈਨੂੰ ਕੀ ਦੱਸਾਂ ਰਾਜੇ ਯਾਰ ਹਾਂ ਰੈਗੂਲਰ ਹਾਂ ਰੈਗੂਲਰ ਹੁਣ ਰੈਗੂਲਰ ਮਿਹਨਤ ਚੱਲ ਰਹੀ ਹੈ ਘਰੇ ਪਰ ਮੈਂ ਕਹਿਣਾ ਨੀ ਚਾਹੁੰਦਾ ਕਲੋਜ਼ ਫਾਈਟਰ ਦੇ ਬੈਟ ਤੁਸੀਂ ਦੇਖ ਸਕਦੇ ਹੋ ਰਵੀ ਨੂਰ ਪਰਵੇਟ ਦੇ ਬਾਈ ਜੀ ਬਹੁਤ ਵਧੀਆ ਵਧੀਆ ਬੈਟ ਆ ਸੋ ਚੌੜੇ ਫਰੇਮ ਸੋ ਇਹ ਬੈਟ ਜੇ ਕਿਸੇ ਨੇ ਲੈਣੇ ਆ ਬਾਈ ਨਾਲ ਸੰਪਰਕ ਬਣਾਓ ਹਾਂ ਇਸ ਵਾਰ ਨਾ ਆਪਾਂ ਸਹੀ ਬੋਲ ਰਹੇ ਨਾ ਇਸ ਵਾਰ ਰਵੀ ਦੇ ਬੈਟ ਬਹੁਤ ਵਧੀਆ ਹਾਂ ਹਾਰਡ ਪ੍ਰੈਸ ਆ ਮਤਲਬ ਕੋਈ ਕਹਿਣ ਇੱਕ ਲੋਕ ਕਹਿੰਦੇ ਨਾ ਭਾਜੀ ਹਾਰਡ ਪ੍ਰੈਸ ਆ ਇਹ ਰੀਅਲ ਚ ਪ੍ਰੈਸ ਆ ਹੁੰਦੇ ਬੈਟ ਇਦਾਂ ਦੇ ਅੱਛਾ ਜੀ ਆ ਦੇਖ ਬੈਟ ਪੂਰੇ ਨਾ ਖਿੱਚੇ ਹੋਏ ਆ ਪੂਰੇ ਟਾਈਟ ਬੈਟ ਆ ਇਹ ਮਤਲਬ ਜਦੋਂ ਕਰਾਇਆ ਟਾਈਟ ਉਰੋਂ ਪਤਾ ਲੱਗ ਜਾਂਦਾ ਪ੍ਰੈਸ ਦਾ ਜਿਹੜੀ ਆ ਜੀ ਹੈ ਨਾ ਪੂਰੀ ਤਿੱਖੀ ਹੋਈ ਹੈ ਨਾ ਹਾਰਡ ਪ੍ਰੈਸ ਕੀਤਾ ਹੋਇਆ ਇਹਨਾਂ ਨੇ ਡਬਲ ਬਲੇਡ ਨੂੰ ਨਾ ਪੂਰਾ ਖਿੱਚਿਆ ਹੋਇਆ ਰੋਹਨ ਸਤਿਆਣਾ ਭਰਾ ਸਾਡਾ ਖੇਡ ਰਿਹਾ ਲੈ ਵੀ ਰੋਹਨ ਥਾਪੀਆਂ ਵੇਖਣ ਨੂੰ ਮਿਲਣਗੀਆਂ ਅੱਜ ਨਹੀਂ ਯਾਰ ਭਰਾ ਨਹੀਂ ਲੋਕਾਂ ਦੇ ਐਂਟਰਟੇਨਮੈਂਟ ਲਈ ਐਂਟਰਟੇਨਮੈਂਟ ਲਈ ਲੋਕਾਂ ਦੇ ਯਾਰ ਲੋਕ ਮੇਰੀ ਗੱਲ ਸੁਣ ਰਾਜੇ ਲੋਕਾਂ ਨੇ ਤਾਂ ਸਵਾਦ ਦੀ ਭੁੱਖੀ ਦੁਨੀਆ ਕਿੰਨਾ ਕੁ ਸਵਾਦ ਦਈਏ ਆਪਣੇ ਰਿਸ਼ਤੇ ਖਰਾਬ ਕਰ ਲਈ ਅਸੀਂ ਸਾਨੂੰ ਕੀ ਫਾਇਦਾ ਗੁੱਸੇ ਜਾ ਕੇ ਰਵੀ ਚਾਰ ਮਾਰੇ ਮੇਰੀ ਗੱਲ ਸੁਣ ਰਾਜੇ ਇਹਨੇ ਤਾਂ ਪੈਸੇ ਕਮਾ ਲੈਣੇ ਰਵੀ ਵਲੌਗ ਚ ਮੇਰੀ ਗੱਲ ਸੁਣ ਲੈ ਆਪਾਂ ਨੂੰ ਦਿੰਦਾ ਨਹੀਂ ਕੁਝ ਵਿੱਚੋਂ ਤੇ ਤੂੰ ਐਵੇਂ ਚੌੜ ਕਰੀ ਜਾਂਦਾ ਮੇਰਾ ਬੀਬੀ ਉੱਪਰ ਹੋ ਗਿਆ ਹੱਸਦਾ ਸ਼ਿੱਕੂ ਜਾਣਾ ਇਹਨੇ ਲਾਈ ਦੇਣਾ ਯਾਰ ਪਿੱਛੇ ਉਸ ਤੋਂ ਬਾਅਦ ਇਹਨੇ ਨਾ ਇੱਕ ਜਗ੍ਹਾ ਟੂਰਨਾਮੈਂਟ ਤੇ ਖੇਡਣ ਆਇਆ ਇਹਨੇ ਫੀਲਡਿੰਗ ਪਤਾ ਕਿਹੜੀ ਇੱਕ ਪੁਆਇੰਟ ਤੇ ਫੀਲਡਰ ਲੈ ਲਿਆ ਮੈਨੂੰ ਇੱਕ ਕਵਰ ਤੇ ਲੈ ਲਿਆ ਦੱਸ ਇਹ ਕਿਹੜੀ ਫੀਲਡਿੰਗ ਠੀਕ ਹੈ ਠੀਕ ਸਨੀ ਕਟਾਲਾ ਸਾਡਾ ਵੀਰ ਪਵਨ ਇਸੜੂ ਜੌਂਟੀ ਗੋਬਿੰਦਗੜ ਸਾਡਾ ਵੀਰ ਭਰਾ ਸਾਡਾ ਚਾਚਾ ਜੀ ਨੇ
ਇਹ ਸਾਡੇ ਬੱਚਿਆਂ ਦੇ ਦਾਦਾ ਜੀ ਨੇ ਬਹੁਤ ਜ਼ੋਰ ਜ਼ੋਰ ਲਾ ਕੇ ਸੈਮੀਫਾਈਨਲ ਤੱਕ ਪਜਾਈ ਆ ਮੈਚ ਕੱਪ ਚਕਾਣਾ ਰੋਹਨ ਸਤਿਆਣਾ ਪਹਿਲਾ ਓਵਰ ਕਰੂ ਕੇ ਬੈਟਿੰਗ ਕਿੰਨਵੇਂ ਨੰਬਰ ਤੇ ਹੁਣ ਜੀ ਕਰੇ ਦਾ ਹੁਣ ਸ਼ਿਮਲੇ ਚੱਲ ਜਾਣਾ ਇਹਨੇ ਯਾਰ ਵੀਰੇ ਖੇਡਣ ਦਾ ਮੇਨ ਰੀਜ਼ਨ ਇਹੀ ਆ ਕਿਉਂਕਿ ਅਸੀਂ ਦੋਵੇਂ ਇਕੱਠੇ ਹੁੰਦੇ ਆ 24 ਘੰਟੇ ਹਾਂ ਬਹੁਤ ਮਤਲਬੀ ਲੋਕ ਨੇ ਯਾਰ ਇੱਥੇ ਸਹੀ ਗੱਲ ਆ ਕ੍ਰਿਕਟ ਦੇ ਸਾਨੂੰ ਵੀਰੇ ਲੋਕਾਂ ਨੇ ਬਹੁਤ ਕੁਛ ਸਿਖਾਤਾ ਮੇਨ ਮੁੱਦਾ ਇਹ ਆ ਇਹ ਗੱਲ ਪੱਕੀ ਆ ਇਹਨਾਂ ਕੋ 5-7 ਹਜ਼ਾਰ ਰੁਪਈਏ ਮੰਗੀ ਜਾਂਦੇ ਨੇ ਯਾਰ ਦੱਸ ਸੋ ਇੰਜੀਨੀਅਰ ਲੱਗੇ ਨੇ ਇੰਜੀਨੀਅਰ ਉਹ ਠੀਕ ਹੈ ਖੰਨੇ 32 ਡਾਕਟਰ ਆ ਉਹ ਕਹਿੰਦਾ ਮੈਂ ਇੱਕ ਦਿਨ ਦਾ 4000 ਰੁਪਇਆ ਬਣਾਉਣਾ ਹਾਂ ਇੱਥੇ ਪਲੇਅਰ 7000 ਮੰਗਦੇ ਨੇ ਕੋਈ ਮੇਰੀ ਗੱਲ ਸੁਣੋ ਇੱਕ ਪਿੰਡ ਦੀ ਟੀਮ ਮੇਰੀ ਗੱਲ ਸੁਣੋ ਇੱਕ ਮਿੰਟ ਗੱਲ ਸੁਣੋ ਆ ਕਠਾਲੀ ਟੀਮ ਬੈਠੀ ਇਹਨਾਂ ਨੇ 11 ਜਾਣੇ ਨੇ ਇੱਕ ਠੰਡੇ ਦੀ ਬੋਤਲ ਲਿਆਂਦੀ ਹੈ ਇਹਨਾਂ ਨੇ 11 ਨੇ ਪੀਤਾ ਜਦੋਂ ਕੋਈ ਪਲੇਅਰ ਬਾਹਰੋਂ ਆਉਂਦਾ ਉਹ ਕਦੀ ਰੈੱਡ ਬੁੱਲ ਕਦੀ ਉਹਨੂੰ ਸੈਂਡਵਿਚ ਇੱਕ ਗੱਲ ਆ ਜੌਂਟੀ ਜੇ ਪਲੇਅਰ 7000 ਖਰਚੇ ਦੀ ਡਿਮਾਂਡ ਕਰਦਾ ਤੇ ਟੀਮਾਂ ਵਾਲੇ ਉਹਨੂੰ ਦਿੰਦੇ ਕਿਉਂ ਨੇ ਯਾਰ ਜਿੱਤਣ ਟੀਮ ਜਿੱਤਦੀ 31000 ਉਹ ਚੋਂ 25 ਲੈ ਜਾਂਦੇ ਟੀਮ ਨਾ ਦੇਵੇ ਪਲੇਅਰ ਨੂੰ 7000 ਰੁਪਿਆ ਵੀਰੇ 7000 ਤੇ ਕਿਉਂ ਦਿੰਦੇ ਨੇ ਮੇਰੇ ਮੈਂ ਹੁੰਦਾ ਨਾ ਕੋਈ ਮੈਂ ਮਤਲਬ ਕਿ ਲੋਕਲ ਟੀਮ ਬਣਾਉਂਦਾ ਮੈਂ ਉਹਨੂੰ 7000 ਤੇ ਬੁਲਾ ਕੇ 1000 ਰੁਪਿਆ ਦੇ ਕੇ ਤੋਰਦਾ ਸੋ ਇਧਰਲੇ ਪਾਸੇ ਦੀ ਦੇਖ ਸਕਦੇ ਸਾਡੇ ਦਰਮਿਆਨ ਲਾਲੀ ਮੁੰਦਰੀਆਂ ਵਾਲਾ ਲਾਲੀ ਵੀਰੇ ਕਿਵੇਂ ਹੋ ਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਮੈਚ ਕਾਫੀ ਤਗੜਾ ਕੀ ਰਣਨੀਤੀ ਬਣਾ ਕੇ ਲੈ ਕੇ ਆਏ ਹੋ ਕੀ ਰਣਨੀਤੀ ਬਣਾਈ ਆ ਜਿੱਤਣ ਲਈ ਆਇਆ 2 ਦਿਨ ਹੋ ਗਏ ਫਿਰਦਿਆਂ ਨੂੰ ਸੋ ਕਿੰਨੇ ਕੁ ਦਾ ਟੀਚਾ ਕਿੰਨੇ ਕੁ ਸਕੋਰ ਬਣਾਉਣੇ ਆ ਤਾਂ 110 ਤਾਂ 110 ਸਕੋਰ ਲੱਗ ਰਿਹਾ ਉਰੇ ਸੋ ਇਧਰਲੇ ਪਾਸੇ ਲਾਲੀ ਮੁੰਦਰੀਆਂ ਵਾਲਾ ਸਾਡਾ ਆਇਆ ਲਾਲੀ ਵੀਰੇ ਕੀ ਜਿੱਤ ਚੁੱਕੇ ਹੋ ਕਿਆ ਸੀਰੀਜ਼ ਜਿੱਤੇ ਹੋਇਆ ਚੇਤਕ ਜਿੱਤੇ ਆ ਬਾਈ 2-3 ਜੂਸਰ ਜਿੱਤੇ ਸੀਗੇ 1-2 ਚੈਨ ਜਿੱਤੇ ਹੈਗਾ ਬਲਟਾਣੇ ਦੀ ਟੀਮ ਦਾ ਕਾਫੀ ਤਕੜਾ ਮੈਚ ਲੱਗਿਆ ਹੋਇਆ ਜੀ ਸੋ ਦੁਨੀਆ ਦੇ ਵੱਡੇ ਵੱਡੇ ਮੱਲ ਖੇਡ ਮੈਦਾਨ ਦੇ ਅੰਦਰ ਖੇਡਦੇ ਆ ਬਾਕੀ ਮਿਲਾਉਂਦੇ ਆ ਤੁਹਾਨੂੰ ਸਾਡੇ ਭਰਾਵਾਂ ਨਾਲ ਇੱਧਰ ਦੀਪ ਸੇਖਿਆ ਵਾਲੇ ਭਰਾ ਦਾ ਲਾਈਵ ਚੱਲ ਰਿਹਾ ਸੋ ਦੀਪ ਵੀਰੇ ਕਾਇਮ ਹੋ ਨਜ਼ਾਰੇ ਫੁੱਲ ਦੇਖ ਲਾ ਭਰਾ ਸਾਡਾ ਧੁੱਪ 'ਚ ਬੈਠਾ ਕੋਈ ਛਤਰੀ ਨਹੀਂ ਕੋਈ ਕੁਛ ਨਹੀਂ ਕਿੰਨੀ ਮਿਹਨਤ ਆ ਯਾਰ ਇੱਕ ਲਾਈਵ ਵਾਲੇ ਵੀਰ ਦੀ ਸਭ ਤੋਂ ਪਹਿਲਾਂ ਆਉਣਾ ਸਭ ਤੋਂ ਲਾਸਟ 'ਤੇ ਜਾਣਾ
ਸੋ ਇਹਨਾਂ ਵੀਰਾਂ ਦਾ ਵੀ ਧਿਆਨ ਰੱਖੋ ਸਾਰੇ ਭਰਾ ਜਿੰਨੇ ਵੀ ਵੀਰ ਟੂਰਨਾਮੈਂਟ ਕਰਾਉਂਦੇ ਆ ਸੋ ਜ਼ਰੂਰ ਲਾਈਵ ਵਾਲੇ ਵੀਰਾਂ ਦਾ ਵੀ ਯਾਰ ਵਧੀਆ ਮਾਣ ਤਾਣ ਖੁਸ਼ ਕਰਕੇ ਭੇਜਿਆ ਕਰੋ ਸੋ ਬਾਬਾ ਮਸੀਤਾਂ ਵਾਲਾ ਪਾਣੀ ਦੀ ਸੇਵਾ ਕਰ ਰਿਹਾ ਬਾਬਾ ਜੀ ਠੀਕ ਹੋ ਭਾਈ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਚੱਕੀ ਚੱਲੋ ਫੱਟੇ ਚੱਕੀ ਜਾਂਦੇ ਗਾ ਗਰਮੀ ਆਉਣਾ ਹਾਂ ਬਿਲਕੁਲ ਬਿਲਕੁਲ ਸੋ ਦਰਸ਼ਕ ਬਿਲਕੁਲ ਬਿਲਕੁਲ ਓਕੇ ਸੋ ਬਾਈ ਜੀ ਅੱਜ ਦੇ ਟੂਰਨਾਮੈਂਟ ਦੇ ਉੱਪਰ ਭਰਾ ਸਾਡੇ ਆਏ ਆ ਸੱਤੂ ਅਜਨੇਰ ਭਰਾ ਵੱਲੋਂ ਅੱਜ ਦੇ ਟੂਰਨਾਮੈਂਟ ਦੇ ਉੱਪਰ ਵਿਵੇਕ ਸੌਂਟੀ ਦਾ ਜਿਹੜਾ 5-6 ਫੁੱਟ ਦੇ ਕੱਪ ਦੇ ਨਾਲ ਸਨਮਾਨ ਕੀਤਾ ਜਾ ਰਿਹਾ 6 ਫੁੱਟਾ ਕੱਪ 6 ਫੁੱਟ 3 ਇੰਚ ਦੇ ਕੱਪ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਰਵੀ ਨੂਰਪੁਰ ਬੇਟ ਫੌਜੀ ਗੋਬਿੰਦਗੜ੍ਹ ਰੋਹਨ ਸਤਿਆਣਾ ਭਾਊ ਮੇਮੋਣਾ ਹਰਮਨ ਧੂਰੀ ਵਿਵੇਕ ਸੌਂਟੀ ਸੱਤੂ ਅਜਨੇਰ ਘੁੱਗੀ ਸ਼ਾਹਪੁਰ ਗੱਗੀ ਲਾੜਪੁਰ ਗੋਬਿੰਦਗੜ੍ਹ ਦਾ ਜੌਂਟੀ ਸਾਡਾ ਵੀਰ ਅਜਨੇਰ ਵਾਲਾ ਭਰਾ ਪਵਨ ਈਸੜੂ ਸਵਰਨਾ ਹੰਸ ਸਵਰਨਾ ਹੰਸ ਕਲਾਂ ਵਾਲਾ ਸੁੱਖਾ ਭਰਾ ਅਜਨੇਰ ਵਾਲਾ ਸੋ ਬਾਈ ਜੀ ਤੁਸੀਂ ਦੇਖ ਸਕਦੇ ਹੋ ਵਿਵੇਕ ਸੌਂਟੀ ਦਾ 6 ਫੁੱਟ ਦੇ ਕੱਪ ਦੇ ਨਾਲ ਮਾਨ ਸਨਮਾਨ ਕੀਤਾ ਜਾ ਰਿਹਾ ਅੱਜ ਦੇ ਟੂਰਨਾਮੈਂਟ ਦੇ ਉੱਪਰ ਵੱਡੀ ਮੁਬਾਰਕਬਾਦ ਹੈ ਸੋ ਇੱਕੋ ਫਰੇਮ ਦੇ ਵਿੱਚ ਦੇਖੋ ਕਿੰਨੇ ਵਧੀਆ ਲੱਗ ਰਹੇ ਆ ਖਿਡਾਰੀ ਕਿੰਨੇ ਸੁਪਰ ਡੁਪਰ ਖਿਡਾਰੀ ਖੜੇ ਆ ਇੱਕੋ ਫਰੇਮ ਦੇ ਵਿੱਚ ਸੱਤੂ ਅਜਨੇਰ ਵੀਰ ਵੱਲੋਂ ਮਿੱਚਮ ਕਲੱਬ ਮੈਲਬੋਰਨ ਦੇ ਲਈ ਖੇਡਿਆ ਆਸਟ੍ਰੇਲੀਆ ਦੇ ਖੇਡ ਮੈਦਾਨਾਂ ਦੇ ਵਿੱਚ ਅੱਤ ਕਰਵਾਈ ਹੈ ਸੋ ਅੱਜ ਵੀ ਭਰਾ ਆਇਆ 6 ਤਰੀਕ ਅਜਨੇਰ ਦੇ ਕੱਪ ਦੀ ਹੋਊਗੀ ਅਤੇ ਵੱਡੀ ਰੌਣਕ ਲੱਗੂਗੀ ਸੋ ਇੱਧਰਲੇ ਪਾਸੇ ਸੱਤੂ ਅਜਨੇਰ ਲੈ ਵੀ ਸੱਤੂ ਕੀ ਹਾਲ ਚਾਲ ਨੇ ਵੀਰੇ ਬਹੁਤ ਵਧੀਆ ਵੀਰੇ ਸੋ ਵਿਵੇਕ ਸੌਂਟੀ ਦਾ ਮਾਨ ਸਨਮਾਨ ਕੀਤਾ ਹੈ ਵੀਰੇ ਆਪਣੀ ਰੀਤ ਸੀਗੀ ਵਿਵੇਕ ਵੀਰੇ ਦਾ ਸਨਮਾਨ ਕਰਦੀ ਆਪਾਂ ਨੂੰ ਸੀਗਾ ਆਪਣੇ ਹੱਥ ਨਾ ਕਰਾਂ ਹਾਂ ਆਪਾਂ ਹੁਣ ਬਾਈ ਦਾ ਸਨਮਾਨ ਕਰ ਰਹੇ ਬਹੁਤ ਵਧੀਆ ਲੱਗ ਰਿਹਾ ਸੋ ਵਧੀਆ ਲੱਗ ਰਿਹਾ ਬਹੁਤ ਵਧੀਆ ਚਲੋ ਸੋ 6 ਤਰੀਕ ਰਿਸਪੈਕਟ ਫੋਰ ਦੀ 6 ਤਰੀਕ ਟੂਰਨਾਮੈਂਟਾਂ ਵੀਰੇ ਸਾਰਿਆਂ ਨੇ ਜ਼ਰੂਰ ਆਉਣਾ ਰਾਜ ਦੇ ਰਾਜਾ ਜੀ ਦੇ ਚੰਨ ਰਹੀ ਕਹਿ ਰਿਹਾ ਵੀਰੇ ਸਾਰੇ ਜ਼ਰੂਰ ਪਹੁੰਚੋ ਤੁਹਾਡਾ ਘਰ ਦਾ ਮੇਲਾ ਵੀਰੇ ਹਾਂ ਇਹ ਹੈ ਸੱਤੂ ਅਜਨੇਰ 6 ਤਰੀਕ ਨੂੰ ਸੱਦੇ ਲਾ ਰਿਹਾ ਜੀ ਸੋ ਵੱਡੀ ਮੁਬਾਰਕਬਾਦ ਆ ਸਾਡੇ ਭਰਾ ਵਿਵੇਕ ਸੌਂਟੀ ਨੂੰ ਵਿਵੇਕ ਵੀਰੇ ਵੱਡੇ ਮਾਨ ਸਨਮਾਨ ਮਿਲੇ ਅੱਜ ਅਤੇ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਹੈ ਵੀਰੇ ਬਹੁਤ ਮਤਲਬ ਇਮੋਸ਼ਨਲ ਕਿ ਐਕਸਪੈਕਟ ਨਹੀਂ ਸੀ ਕਰਿਆ ਸੱਤੂ ਨਾਲ ਬਹੁਤ ਜ਼ਿਆਦਾ ਪਿਆਰ ਹੈ ਪਰਸਨਲ ਪ੍ਰੋਫੈਸ਼ਨਲ ਹਰ ਫਰੰਟ ਦਾ ਉਹਨੇ ਇੰਨਾ ਮਾਣ ਪਾਇਆ ਟੱਚਵੁੱਡ ਕਿਰਪਾ ਰੱਖੇ 6 ਨੂੰ ਇਹਦਾ ਟੂਰਨਾਮੈਂਟ ਆਪਾਂ ਵੀ ਸਰਪ੍ਰਾਈਜ਼ ਨਾਲ ਮਿਲਾਂਗੇ ਆਪਾਂ ਕਰਾਂਗੇ ਹਿਸਾਬ ਕਿਤਾਬ ਵਧੀਆ ਸੋ ਕ੍ਰਿਕਟ ਤੋਂ ਤੁਸੀਂ ਦੂਰ ਹੋ ਗਏ ਹੋ ਅਤੇ ਕਾਫੀ ਮੈਂ ਦੇਖ ਰਿਹਾ ਤੁਸੀਂ ਕਾਫੀ ਮੈਚਾਂ 'ਤੇ ਨਹੀਂ ਪਹੁੰਚੇ ਹੈ ਥੋੜਾ ਕੰਮ ਦੇ ਰਹੀ ਜਿਵੇਂ ਕਰਕੇ ਨਾ ਰਿਸਪੋਂਸੀਬਿਲਟੀ ਵੱਧ ਗਈ ਰਾਜੇ ਬਟ ਹਾਂ ਦਿਲੋਂ ਮੈਚ ਮੂਚ ਦੇਖਦੇ ਰਹਿੰਦੇ ਦਿਨ ਚ ਅਗਰ ਮਿਸ ਹੁੰਦਾ ਸ਼ਾਮ ਨੂੰ ਦੇਖ ਕੇ ਬਟ ਅਗਰ ਕੋਈ ਅਪਡੇਸ਼ਨ ਹੁੰਦੀ ਹੈ ਤਾਂ ਜਿਹਦੇ ਨਾਲ ਵੀ ਲੋਡ ਹੁੰਦੀ ਹੈ ਵੀ ਹਾਂ ਉਹਦੇ ਨਾਲ ਵਾਰਤਾ ਕਰਨੀ ਚਾਹੀਦੀ ਫੋਨ ਕਰਕੇ ਆਪਾਂ ਆਪਣੇ ਵੱਲੋਂ ਆਪਣੇ ਸੁਜੈਸ਼ਨ ਪਾ ਦਈਏ ਸੋ ਆਲ ਓਪਨ ਕੱਪਾਂ ਦੇ ਕਲੱਬ ਵੇਖਣ ਨੂੰ ਮਿਲੂਗਾ ਜੀ ਤੁਹਾਡੇ ਵੱਲੋਂ ਕਾਫੀ ਵਧੀਆ ਕੋਈ ਵਧੀਆ ਚੀਜ਼ ਲੈ ਕੇ ਆਵਾਂਗੇ ਜਲਦੀ ਲੈ ਕੇ ਆਵਾਂਗੇ ਪ੍ਰੋਮਿਸ ਰਾਜੇ ਇਹ ਆ ਜੀ ਵਿਵੇਕ ਸੌਂਟੀ ਸਾਡਾ ਬਹੁਤ ਵਧੀਆ ਇਨਸਾਨ ਆ ਸਾਡਾ ਵੀਰ ਸੋ ਭਰਾ ਦਾ ਸਨਮਾਨ ਕੀਤਾ ਗਿਆ ਅੱਜ ਦੇ ਖੇਡ ਮੇਲੇ ਲੈਮਨ ਜੀ ਕੀ ਕਹਿਣਾ ਚਾਹੋਗੇ ਅੱਜ ਦਾ ਕਿਵੇਂ ਚੱਲ ਰਿਹਾ ਮੈਚ ਵਧੀਆ ਚੱਲਦੇ ਨੇ ਅੱਜ ਥੋੜੀ ਗਰਮੀ ਹੋ ਗਈ ਜੀ ਗਰਮੀ ਪੂਰੀ ਅੱਜ ਪੂਰੀ ਗਰਮੀ ਹੈ ਜੀ ਨਜ਼ਾਰੇ ਵੱਜੇ ਹੋਏ ਆ ਹੋਰ ਕਾਫੀ ਮਿਹਨਤ ਕਰ ਰਹੇ ਹੋਣਾ ਲਗੋਦਰ ਤੋਂ ਮੋਟਰਸਾਈਕਲ ਦੇ ਭਰਾ ਸਾਡਾ ਇੱਥੇ ਆਇਆ ਦੇਖ ਲਓ ਮੋਟਰਸਾਈਕਲ ਤੇ ਕੱਲੂ ਰਕੋਲੀ ਜਾਣਾ ਫੇਰ ਕਿੱਥੇ ਜਾਣਾ ਫਿਰ ਕਮਾਲ ਕੇ ਮੋਗਾ ਕਮਾਲ ਕੇ ਮੋਗਾ ਤੇ 28 ਨੂੰ ਕਿੱਥੇ ਸੀ ਲੈਮਨ ਉੱਥੇ ਹੀ ਸੀਗੇ ਸੋ ਕਾਫੀ ਜ਼ਿਆਦਾ ਮਿਹਨਤ ਆ ਯਾਰ ਲਾਈਵ ਵਾਲੇ ਵੀਰਾਂ ਦੀ ਫੋਟੋ ਵਾਲੇ ਭਰਾ ਦੀ ਰਵੀ ਨੂਰਪੁਰ ਬੇਟ ਜਦੋਂ ਰਵੀ ਯਾਰ ਹਰ ਟੂਰਨਾਮੈਂਟ ਦੇ ਚਿੱਟੀਆਂ ਵਰਦੀਆਂ ਯਾਰ ਵਾਟ ਦਾ ਹੈਲ ਹਰ ਟੂਰਨਾਮੈਂਟ ਤੇ ਜਿਵੇਂ 2 ਵਰਦੀਆਂ ਵੀ ਹੈਗੀਆਂ ਤੇ ਕਿਵੇਂ ਧੋਨੇ ਹੋ ਜਾਂ ਕਿੱਦਾਂ ਖੇਡਣਾ ਹੈ ਉਹ ਉਹਦੀ ਵਰਦੀ ਹੋ ਜਾਵੇ ਚਿੱਟੀਆਂ ਵਰਦੀਆਂ ਪਾ ਕੇ ਅੱਕ ਗਏ ਬਹੁਤ ਹੋ ਗਿਆ ਬਾ ਇੰਨੀਆਂ ਨਹੀਂ ਤੂੰ ਹਾਂਜੀ ਇੱਧਰ ਅੱਗੇ ਇਹਨੂੰ ਕੱਲ ਮੈਂ ਬੈਟ ਵੀ ਦਿੱਤਾ ਨਾ ਲੈ ਮੋੜਤਾ ਯਾਰ ਸੋ ਇੱਧਰ ਭਰਾ ਸਾਡਾ ਫੋਟੋ ਖਿੱਚ ਰਿਹਾ ਸੋ ਬਾਈ ਦਾ ਧੰਨਵਾਦ ਆ ਬਹੁਤ ਬਹੁਤ ਧੰਨਵਾਦ ਆ